ਉਹ ਦੇਖਿਆ ਕਿ ਅੰਦਰ ਆਇਆ ਤਾਂ ਸਾਰੇ ਮੋਬਾਈਲ ਮੋਬਾਈਲ ਡੱਬੇ ਖੁੱਲ੍ਹੇ ਹੋਏ ਸੀ। ਉਹਨੇ ਮੈਨੂੰ ਫੋਨ ਕੀਤਾ ਤਾਂ ਫਿਰ ਮੈਂ 9:30 ਫੋਨ ਕੀਤਾ, ਫਿਰ 9:45 ਮੈਂ ਆਪਣੇ ਬੇਟੇ ਨਾਲ ਉਰੇ ਆਇਆ। ਬੇਟੇ ਨਾਲ ਉਰਿਆ ਤਾਂ ਅੰਦਰ ਆ ਕੇ ਦੇਖਿਆ ਸਾਰੇ ਮੋਬਾਈਲ ਵਗੈਰਾ ਖੁੱਲ੍ਹੇ ਹੋਏ ਆ। ਸਰ ਕੀ ਨਾਮ ਹੈ ਜੀ? ਮੇਰਾ ਵਿਪਨ ਗਰਗ ਹੈ ਜੀ। ਹਾਂ ਦੇਖੋ ਕੀ ਹੋਇਆ ਇੱਥੇ? ਸਾਡੇ ਨਾ ਉਹਦੇ ਥੋੜ੍ਹੀ ਰਿਪੇਅਰ ਚੱਲਦੀ ਸੀ ਜੀ, ਤਾਂ ਮਿਸਤਰੀ ਸਵੇਰੇ ਆਏ ਤੇ ਤਾਂ ਮੁੰਡੇ ਨੇ ਦੁਕਾਨ ਪਿੱਛੋਂ ਦੀ ਖੋਲ੍ਹੀ ਤਾਂ ਦੇਖਿਆ ਕਿ ਅੰਦਰ ਆਇਆ ਤਾਂ ਸਾਰੇ ਮੋਬਾਈਲ ਮੋਬਾਈਲ ਡੱਬੇ ਖੁੱਲ੍ਹੇ ਹੋਏ ਸੀ। ਉਹਨੇ ਮੈਨੂੰ ਫੋਨ ਕੀਤਾ ਤਾਂ ਫਿਰ ਮੈਂ 9:30 ਫੋਨ ਕੀਤਾ, ਫਿਰ 9:45 ਮੈਂ ਆਪਣੇ ਬੇਟੇ ਨਾਲ ਉਰੇ ਆਇਆ। ਤਾਂ ਬੇਟੇ ਨਾਲ ਉਰਿਆ ਤਾਂ ਅੰਦਰ ਆ ਕੇ ਦੇਖਿਆ ਸਾਰੇ ਮੋਬਾਈਲ ਵਗੈਰਾ ਖੁੱਲ੍ਹੇ ਹੋਏ ਆ, ਸ਼ਟਰ ਮੁਰੇ ਦੀ ਚੱਕਿਆ ਪਿਆ ਤਾ ਅਤੇ ਜਾ ਕੇ ਮੈਂ ਥਾਲੇ ਬਲੇਡ ਲਿਖਾਈ ਕਰਵਾਲੀ 'ਚ ਸਾਹਿਬ ਆ ਗਏ। ਕਿੰਨੇ ਕੁ ਦੀ ਚੋਰੀ ਲੱਗਦੀ ਹੈ ਜੀ ਹੋਈ? ਇਸ ਹਿਸਾਬ ਲਿਆ ਕਿ ਤੁਹਾਨੂੰ ਮਨਾ ਕੀਤਾ ਹਾਲੇ ਹੱਥ ਨਹੀਂ ਹੱਥ ਲੱਗ ਰਹੇ ਡੱਬੇ, 60 ਕੁ ਫੋਨਾਂ ਕੇ ਡੱਬੇ ਲੱਗ ਰਹੇ ਹੈ ਜੀ। ਤਾਂ ਇਸ ਹਿਸਾਬ ਅਪਰੋਕਸੀਮੇਟ 12 ਲੱਖ ਰੁਪਏ ਚੋਰੀ ਜਾਂ 60,000 ਰੁਪਏ ਕੈਸ਼। ਸਰ ਦੱਸ ਦਿਓ ਜੀ ਜਿਹੜੀ ਆਵਾਜ਼ ਦਾ। ਹਾਂਜੀ, ਸਾਨੂੰ ਅੱਜ ਇੰਟੀਮੇਸ਼ਨ ਮਿਲੀ ਸੀ ਸਵੇਰੇ ਵਿਪਨ ਗਰਗ ਜੀ ਦੀ ਇਲੈਕਟ੍ਰੋਨਿਕਸ ਦੀ ਦੁਕਾਨ ਆ ਜੋੜੀਆਂ ਭੱਠੀਆਂ, ਅਤੇ ਜੋ ਅਸੀਂ ਮੌਕੇ 'ਤੇ ਪਹੁੰਚੇ ਇੱਥੇ ਵੈਰੀਫਾਈ ਕਰ ਰਹੇ ਹਾਂ। ਇੱਥੇ ਦੇਖਣ ਨੂੰ ਲੱਗਦਾ ਜਿਵੇਂ 60-70 ਮੋਬਾਈਲ ਚੋਰੀ ਹੋਏ ਨੇ ਅਤੇ ਕੁਛ ਕੈਸ਼ ਇਹਨਾਂ ਦਾ ਗੱਲੇ ਦੇ ਵਿੱਚੋਂ ਗਿਆ। ਅਤੇ ਫੁਟੇਜ ਵਗੈਰਾ ਚੈੱਕ ਕਰ ਰਹੇ ਹਾਂ, ਅੱਗੇ ਇਹਨੂੰ ਜਲਦ ਤੋਂ ਜਲਦ ਟਰੇਸ ਕਰਾਂਗੇ। ਤਾਂ ਦੇਖਿਆ ਕਿ ਅੰਦਰ ਆਇਆ ਤਾਂ ਸਾਰੇ ਮੋਬਾਈਲ ਮੋਬਾਈਲ ਡੱਬੇ ਖੁੱਲ੍ਹੇ ਹੋਏ ਸੀ। ਉਹਨੇ ਮੈਨੂੰ ਫੋਨ ਕੀਤਾ ਤਾਂ ਫਿਰ ਮੈਂ 9:30 ਫੋਨ ਕੀਤਾ, ਫਿਰ 9:45 ਮੈਂ ਆਪਣੇ ਬੇਟੇ ਨਾਲ ਉਰੇ ਆਇਆ। ਬੇਟੇ ਨਾਲ ਉਰਿਆ ਤਾਂ ਅੰਦਰ ਆ ਕੇ ਦੇਖਿਆ ਸਾਰੇ ਮੋਬਾਈਲ ਵਗੈਰਾ ਖੁੱਲ੍ਹੇ ਹੋਏ ਆ। ਸਰ ਕੀ ਨਾਮ ਹੈ ਜੀ? ਮੇਰਾ ਵਿਪਨ ਗਰਗ ਹੈ ਜੀ। ਹਾਂ ਦੇਖੋ ਕੀ ਹੋਇਆ ਇੱਥੇ? ਸਾਡੇ ਨਾ ਉਹਦੇ ਥੋੜ੍ਹੀ ਰਿਪੇਅਰ ਚੱਲਦੀ ਸੀ ਜੀ, ਤਾਂ ਮਿਸਤਰੀ ਸਵੇਰੇ ਆਏ ਤੇ ਤਾਂ ਮੁੰਡਾ ਮੁੰਡੇ ਨੇ ਦੁਕਾਨ ਪਿੱਛੋਂ ਦੀ ਖੋਲ੍ਹੀ ਤਾਂ ਦੇਖਿਆ ਕਿ ਅੰਦਰ ਆਇਆ ਤਾਂ ਸਾਰੇ ਮੋਬਾਈਲ ਮੋਬਾਈਲ ਡੱਬੇ ਖੁੱਲ੍ਹੇ ਹੋਏ ਸੀ। ਉਹਨੇ ਮੈਨੂੰ ਫੋਨ ਕੀਤਾ ਤਾਂ ਫਿਰ ਮੈਂ 9:30 ਫੋਨ ਕੀਤਾ, ਫਿਰ 9:10 ਮੈਂ ਆਪਣੇ ਬੇਟੇ ਨਾਲ ਉਰੇ ਆਇਆ। ਤਾਂ ਬੇਟੇ ਨਾਲ ਉਰਿਆ ਤਾਂ ਅੰਦਰ ਆ ਕੇ ਦੇਖਿਆ ਸਾਰੇ ਮੋਬਾਈਲ ਵਗੈਰਾ ਖੁੱਲ੍ਹੇ ਹੋਏ ਆ, ਸ਼ਟਰ ਮੁਰੇ ਦੀ ਚੱਕਿਆ ਪਿਆ ਤਾ ਅਤੇ ਜਾ ਕੇ ਮੈਂ ਥਾਲੇ ਬਲੇਡ ਲਿਖਾਈ ਕਰਵਾਲੀ 'ਚ ਸਾਹਿਬ ਆ ਗਏ। ਕਿੰਨੇ ਕੁ ਦੀ ਚੋਰੀ ਲੱਗਦੀ ਹੈ ਜੀ ਹੋਈ? ਇਸ ਹਿਸਾਬ ਲਿਆ ਕਿ ਤੁਹਾਨੂੰ ਮਨਾ ਕੀਤਾ ਹਾਲੇ ਹੱਥ ਨਹੀਂ ਹੱਥ ਲੱਗ ਰਹੇ ਡੱਬੇ, 60 ਫੋਨਾਂ ਕੇ ਡੱਬੇ ਲੱਗ ਰਹੇ ਹੈ ਜੀ। ਇਸ ਹਿਸਾਬ ਨਾਲ ਅਪਰੋਕਸੀਮੇਟ 12 ਲੱਖ ਰੁਪਏ ਚੋਰੀ ਜਾਂ 60,000 ਰੁਪਏ ਕੈਸ਼। ਸਰ ਦੱਸ ਦਿਓ ਜੀ ਜਿਹੜੀ ਆਵਾਜ਼ ਦਾ। ਹਾਂਜੀ, ਸਾਨੂੰ ਅੱਜ ਇੰਟੀਮੇਸ਼ਨ ਮਿਲੀ ਸੀ ਸਵੇਰੇ ਵਿਪਨ ਗਰਗ ਜੀ ਦੀ ਇਲੈਕਟ੍ਰੋਨਿਕਸ ਦੀ ਦੁਕਾਨ ਆ ਜੋੜੀਆਂ ਭੱਠੀਆਂ, ਅਤੇ ਜੋ ਅਸੀਂ ਮੌਕੇ 'ਤੇ ਪਹੁੰਚੇ ਇੱਥੇ ਵੈਰੀਫਾਈ ਕਰ ਰਹੇ ਹਾਂ। ਇੱਥੇ ਦੇਖਣ ਨੂੰ ਲੱਗਦਾ ਜਿਵੇਂ 60-70 ਮੋਬਾਈਲ ਚੋਰੀ ਹੋਏ ਨੇ ਅਤੇ ਕੁਛ ਕੈਸ਼ ਇਹਨਾਂ ਦਾ ਗੱਲੇ ਦੇ ਵਿੱਚੋਂ ਗਿਆ। ਅਤੇ ਫੁਟੇਜ ਵਗੈਰਾ ਚੈੱਕ ਕਰ ਰਹੇ ਹਾਂ, ਅੱਗੇ ਇਹਨੂੰ ਜਲਦ ਤੋਂ ਜਲਦ ਟਰੇਸ ਕਰਾਂਗੇ।